ਕੁਝ ਦਿਨ ਪਹਿਲਾਂ ਪਟਿਆਲਾ ਦੇ ਥਾਪਰ ਕਾਲਜ ਚੌਂਕ ਵਿਖੇ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਲਗਭਗ 3 ਲੋਕਾਂ ਦੀ ਮੌਤ ਅਤੇ 11 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਜ਼ਖਮੀਆਂ ਦੇ ਇਲਾਜ ਅਤੇ ਮਰੇ ਵਿਅਕਤੀਆਂ ਦੇ ਮੁਆਵਜ਼ੇ ਵਾਸਤੇ ਡੀਸੀ ਸਾਹਿਬ ਨੂੰ 6 ਮਾਰਚ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ। ਡੀਸੀ ਪਟਿਆਲਾ ਨੇ ਉਦੋਂ ਭਰੋਸਾ ਦਿਵਾਉਂਦੇ ਹੋਏ ਕਿਹਾ ਸੀ ਕਿ 2.5 ਲੱਖ ਰੁਪਏ ਜ਼ਖਮੀਆਂ ਨੂੰ ਅਤੇ 5 ਲੱਖ ਰੁਪਏ ਮਰੇ ਹੋਏ ਵਿਅਕਤੀਆਂ ਦੇ ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਜਾਵੇਗੀ, ਪਰ ਇਸ ਦੇ ਉਲਟ ਪਰਿਵਾਰਾਂ ਨੂੰ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਰਾਸ਼ੀ ਚੈੱਕ ਦਿੱਤੇ ਗਏ। ਇਸ ਦਰਮਿਆਨ ਕਿਸਾਨਾਂ ਲਈ ਸੰਘਰਸ਼ ਕਰ ਰਹੇ ਇੱਕ ਨੌਜਵਾਨ ਵੀ ਐਕਸੀਡੈਂਟ ਵਿੱਚ ਮਾਰਿਆ ਗਿਆ ਸੀ। ਉਸ ਵਿਅਕਤੀ ਦੇ ਪਰਿਵਾਰ ਨੇ ਚੱਕ ਲੈਣ ਤੋਂ ਮਨਾ ਕਰ ਦਿੱਤਾ ਹੈ। ਇਸ ਸੰਬੰਧ ਵਿੱਚ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਤਾਂ ਜੋ ਡੀਸੀ ਪਟਿਆਲਾ ਵੱਲੋਂ ਕੀਤੇ ਵਾਅਦੇ ਸਰਕਾਰ ਦੁਆਰਾ ਪੂਰੇ ਕੀਤੇ ਜਾਣ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ। ਮੈਂ ਉਹਦੇ ਵਿੱਚ ਕੁਝ ਸਵਾਲ ਕਰਾਂਗਾ ਤੇ ਮਹਾਰਾਣੀ ਤੋਂ ਜਵਾਬ ਮੰਗਾਂਗਾ, ਜੇ ਉਹਦੇ 'ਚ ਹਿੰਮਤ ਹੈ ਤਾਂ ਜਵਾਬ ਦੇਵੇ, ਕਿਉਂਕਿ 3 ਦੇ ਵਿੱਚੋਂ 7 ਤਰੀਕ ਨੂੰ ਮੈਂ ਇੰਦਰਜੀਤ ਸਿੰਘ ਸ਼ਹੀਦ ਇੰਦਰਜੀਤ ਸਿੰਘ ਦੇ ਭੋਗ ਤੇ ਗਿਆ। ਮੇਰਾ ਨਾਮ ਅਜੈਬ ਸਿੰਘ ਚੋਹਾਣਾ ਜੀ। ਆਪਾਂ ਜਿਹੜੇ ਮ੍ਰਿਤਕ ਔਰ ਜ਼ਖਮੀ ਹੈਗੇ ਆ ਉਹਨਾਂ ਦੀ ਸਹਾਇਤਾ ਲਈ ਡੀਸੀ ਸਾਹਿਬ ਨੂੰ 6 ਤਰੀਕ ਨੂੰ ਮੰਗ ਪੱਤਰ ਦਿੱਤਾ ਸੀਗਾ, ਲੇਕਿਨ ਉਹਦੇ ਰਿਸਪੋਂਸ ਦੇ ਵਿੱਚ ਜਿਹੜਾ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਜਦੋਂ ਇਹ ਧਰਨੇ ਦਾ ਐਲਾਨ ਹੋ ਗਿਆ ਉਦੋਂ ਬਾਅਦ 18 ਤਰੀਕ ਨੂੰ ਚੁੱਪਚਾਪ ਇਹਨਾਂ ਨੇ ਮਹਿਲਾਂ ਦੇ ਵਿੱਚ ਪਰਿਵਾਰਾਂ ਨੂੰ ਬੁਲਾਇਆ ਅਤੇ ਡੀਸੀ ਸਾਹਿਬ ਨੇ ਜਿਹੜੀ ਰਿਕਮੈਂਡੇਸ਼ਨ ਕੀਤੀ ਸੀਗੀ ਉਹ 5 ਲੱਖ ਮ੍ਰਿਤਕਾਂ ਨੂੰ ਅਤੇ 2.5 ਲੱਖ ਜ਼ਖਮੀਆਂ ਨੂੰ, ਬਾਕੀ ਜਿੰਨਾ ਖਰਚਾ ਹੋਇਆ ਉਹਦੇ ਖਰਚੇ ਦੇ ਸਾਡੇ ਕੋਲੋਂ ਵੇਰਵੇ ਲਏ ਸੀਗੇ। ਜਿਵੇਂ 8 ਲੱਖ ਦੇ ਕਰੀਬ ਹੋ ਚੁੱਕਿਆ ਸੀ 11 ਤਰੀਕ ਤੱਕ ਕੋਲੰਬੀਆ ਏਸ਼ੀਆ 'ਚ ਗੁਰਪ੍ਰੀਤ ਆਤਰੀਕਾ, 4 ਲੱਖ ਦੇ ਕਰੀਬ ਇਹ ਜਿਹੜਾ ਆਪਣਾ ਪਰਮਵੀਰ ਆਤਰੀ ਹੈ ਇਹਨਾਂ ਦਾ ਹੋ ਗਿਆ ਸੀ, ਬਾਕੀ 3.25 ਲੱਖ ਉਹ ਰਾਹੁਲ ਕਾ ਉਹ ਹੋ ਗਿਆ ਸੀ। ਉਹ ਸਾਰੇ ਵੇਰਵੇ ਅਸੀਂ 12 ਤਰੀਕ ਨੂੰ ਸਬਮਿਟ ਕਰ ਦਿੱਤੇ ਸੀ, ਲੇਕਿਨ ਉਹਦੇ ਉੱਤੇ ਕੋਈ ਅਮਲ ਨਹੀਂ ਹੋਇਆ। 18 ਨੂੰ ਜਿਹੜਾ ਇਹਨਾਂ ਨੇ ਦਿੱਤਾ ਵੀ ਹੈ ਉਹਦੇ ਵਿੱਚ ਕੀ ਕਰਿਆ ਇਹਨਾਂ ਨੇ, ਜਿਹੜਾ 2.5 ਲੱਖ ਦਾ ਮੁਆਵਜ਼ਾ ਸੀਗਾ ਉਹ 1-1 ਲੱਖ ਦੇ ਦਿੱਤਾ। ਹੁਣ ਤੁਸੀਂ ਇਹ ਦੇਖੋ, ਉਹ ਜਿਹੜਾ ਆਪਣਾ ਪਰਮਵੀਰ ਦੀ ਮਾਤਾ ਜੀ ਹੈ ਉਹ ਕਹਿੰਦੇ ਵੀ ਮੇਰਾ ਪੁੱਤ ਚੱਲਿਆ ਗਿਆ, 4 ਲੱਖ ਸਾਡਾ ਖਰਚ ਹੋ ਗਿਆ, 1 ਲੱਖ ਬੱਚਾ ਸਾਡੇ ਕੋਲ, ਇਹਦਾ ਮਤਲਬ ਮੇਰਾ ਪੁੱਤ ਸ਼ਹੀਦ ਹੋਣ ਦੇ ਬਾਵਜੂਦ ਵੀ ਉਹਨੂੰ ਜ਼ਖਮੀਆਂ 'ਚ ਪਾਤਾ। ਜ਼ਖਮੀਆਂ ਜਿੰਨੀ ਵੈਲਿਊ ਹੈ, ਜ਼ਖਮੀਆਂ ਨੂੰ ਵੀ 1-1 ਲੱਖ ਮਿਲਿਆ ਅਤੇ ਉਹਨਾਂ ਦੇ ਪੱਲੇ ਵੀ 1 ਲੱਖ ਪਿਆ। ਉਹ ਇੱਥੋਂ ਤੱਕ ਕਹਿਤਾ ਵੀ ਆਪਣੇ ਚੈੱਕ ਜਿਹੜੇ ਜੇ ਚਾਹੁੰਦੇ ਨੇ ਉਹ ਵਾਪਸ ਲੈ ਜਾਣ। ਬਿਲਕੁਲ ਇਹ ਸੁੱਤੇ ਪਏ ਰਹੇ ਹੈਗੇ, ਬਿਲਕੁਲ ਇਹਨਾਂ ਦੇ ਕੰਨ 'ਤੇ ਜੂਨੀ ਸਰਕੀ, ਇਹ ਵੀ ਜਿਹੜੇ ਦਿੱਤੇ ਨੇਗੇ ਮਜਬੂਰੀ ਬਸ, ਇਹਨਾਂ ਨੂੰ ਪਤਾ ਸੀਗਾ ਵੀ ਕੱਲ੍ਹ ਨੂੰ ਐਕਸ਼ਨ ਹੋਣ ਜਾ ਰਿਹਾ ਅਤੇ ਰਾਤ ਨੂੰ ਬਹਾਈਂਡ ਦੀ ਸੀਨ ਇਹਨਾਂ ਨੇ ਪਰਿਵਾਰਾਂ ਤੱਕ ਅਪਰੋਚ ਵੀ ਕੀਤੀ ਆਪਣੇ ਬੰਦਿਆਂ ਰਾਹੀਂ ਵੀ ਤੁਸੀਂ ਜਿਹੜਾ ਹੈਗਾ ਜੀ ਹੁਣ ਤੁਹਾਡੀ ਮੰਗਾਂ ਮੰਨ ਲਈਆਂ, ਹੁਣ ਧਰਨੇ 'ਚ ਜਾਣ ਦੀ ਕੀ ਤੁੱਕ ਬਣਦੀ ਹੈ। ਮੇਰੇ ਕੋਲ ਵੀ ਸਿਗਨਲ ਆਏ ਤਾਂ ਜਦੋਂ ਸਾਰਿਆਂ ਪਰਿਵਾਰਾਂ ਵੱਲੋਂ ਮਤਲਬ ਇਹਨਾਂ ਨੂੰ ਖਾਸ ਕਰਕੇ ਅਤਰੀ ਦੇ ਪਰਿਵਾਰ ਵੱਲੋਂ ਜਦੋਂ ਇਹ ਕਹਿ ਦਿੱਤਾ ਕਿ ਅਸੀਂ ਆਪਣੇ ਪੁੱਤ ਦੀ ਸੋਚ ਦੇ ਉੱਤੇ ਖੜਾਂਗੇ, ਉਹ ਕਿਸਾਨਾਂ ਦੇ ਨਾਲ ਸੀ ਅਤੇ ਅਸੀਂ ਵੀ ਕਿਸਾਨਾਂ ਦੇ ਨਾਲ ਰਹਾਂਗੇ। ਅੱਜ ਇਹ 2 ਵਜੇ ਤੱਕ ਦਾ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਕਿ ਇੱਥੇ ਆ ਕੇ ਸਾਡਾ ਮੰਗ ਪੱਤਰ ਲੈ ਕੇ ਜਾਣ ਇਹਨਾਂ ਮੰਗਾਂ ਸੰਬੰਧੀ। ਉਹਦੇ ਵਿੱਚ ਇੱਕ ਅਡੀਸ਼ਨਲ ਮੰਗ ਇਹ ਵੀ ਹੈ ਕਿ ਉਸ ਚੌਂਕ ਨੂੰ ਜਿੱਥੇ ਹਾਦਸਾ ਹੋਇਆ ਉਹਨੂੰ ਸ਼ਹੀਦਾਂ ਦੇ ਨਾਂ ਦੇ ਉੱਤੇ ਇਹ ਨਾਮ ਦੇ ਕੇ ਕਿ ਸ਼ਹੀਦ ਜਿਹੜਾ ਹੈਗਾ ਕਿਸਾਨ ਸ਼ਹੀਦ ਯਾਦਗਾਰੀ ਚੌਂਕ ਦਾ ਨਾਂ ਰੱਖਿਆ ਜਾਵੇ। ਮਨਜੀਤ ਸਿੰਘ ਨਿਆਲ, ਜ਼ਿਲ੍ਹਾ ਪਟਿਆਲਾ, ਪ੍ਰਧਾਨ ਬੀਕੇ ਯੂ ਏਕਤਾ ਗ੍ਰਾਹ। ਅੱਜ ਜਿਹੜਾ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਜਿਹੜਾ 29 ਮਾਰਚ ਨੂੰ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਥਾਪਰ ਯੂਨੀਵਰਸਿਟੀ ਦੇ ਅੱਗੇ ਖੜ੍ਹ ਕੇ ਪ੍ਰਦਰਸ਼ਨ ਕਰਦੇ ਸੀਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਕਿਸਾਨਾਂ ਦੀ ਹਮਾਇਤ ਦੇ ਵਿੱਚ। ਲੰਮੇ ਸਮੇਂ ਤੋਂ ਚੱਲਦੇ ਸੰਘਰਸ਼ ਦੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਅਤੇ ਵੱਖ ਵੱਖ ਚੌਂਕਾਂ ਦੇ ਵਿੱਚ ਆਪਦੇ ਤਰੀਕੇ ਨਾਲ ਸਾਡੇ ਭਰਾ, ਸਾਡੇ ਨੌਜਵਾਨ, ਸਾਡੀਆਂ ਬੱਚੀਆਂ ਮਤਲਬ ਸੰਘਰਸ਼ ਦੇ ਵਿੱਚ ਲੱਗੇ ਹੋਏ। ਉੱਥੇ ਅਚਾਨਕ ਇੱਕ ਵਿਅਕਤੀ ਵੱਲੋਂ ਸੰਘਰਸ਼ ਕਰਦੇ ਲੋਕਾਂ 'ਤੇ ਗੱਡੀ ਚੜ੍ਹਾਈ ਜਾਂਦੀ ਹੈ ਲਾਪਰਵਾਹੀ ਦੇ ਨਾਲ, ਉੱਥੇ ਕਿਸਾਨ ਸਾਡੇ ਸ਼ਹੀਦ ਹੋ ਜਾਂਦੇ ਨੇ, ਸਭ ਤੋਂ ਛੋਟਾ ਬੱਚਾ 2 ਸਾਲ ਦਾ ਬੱਚਾ ਸ਼ਹੀਦ ਹੋ ਜਾਂਦਾ, ਨੌਜਵਾਨ ਵੀਰ ਅਤੇ ਇੱਕ ਬਜ਼ੁਰਗ, ਬਾਕੀ ਫੱਟੜ ਹੋ ਜਾਂਦੇ ਨੇ। ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਦੇ ਸੰਬੰਧ 'ਚ ਅਤੇ ਉਹ ਪਰਿਵਾਰਾਂ ਨੂੰ 1-1 ਨੌਕਰੀ ਅਤੇ ਜ਼ਖਮੀਆਂ ਨੂੰ ਬਣਦਾ ਮੁਆਵਜ਼ਾ ਜਿੰਨਾ ਖਰਚ ਹੋ ਚੁੱਕਿਆ ਜਾਂ ਉਹ ਇਲਾਜ ਦੇ ਅਧੀਨ ਹੈ ਜਿੰਨਾ ਹੋ ਰਿਹਾ, ਉਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਦੇਖੋ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਬਿਨਾਂ ਮਤਲਬ ਤੋਂ ਖੜੇ ਨੇ, ਉਹ ਤਾਂ ਅੱਜ ਜਦੋਂ ਤੋਂ ਕਾਲੇ ਕਾਨੂੰਨ ਰੱਦ ਕਰਾਉਣ ਦੇ ਸੰਬੰਧ ਦੇ ਵਿੱਚ ਪੰਜਾਬ 'ਚ ਸੰਘਰਸ਼ ਚੱਲੇ ਨੇ, ਟੋਲ ਪਲਾਜ਼ਿਆਂ 'ਤੇ, ਰਿਲਾਇੰਸ ਪੰਪਾਂ 'ਤੇ, ਮੌਲਾਂ 'ਤੇ, ਵੱਖ ਵੱਖ ਥਾਵਾਂ 'ਤੇ ਸੰਘਰਸ਼ ਹੁੰਦਾ ਹੋਇਆ ਦਿੱਲੀ ਦੇ ਬਾਰਡਰਾਂ 'ਤੇ, ਲੋਕ ਤਾਂ ਉਹਨੂੰ ਵੀ ਬੇਮਤਲਬਾ ਕਹਿੰਦੇ ਨੇ, ਜਿਹੜਿਆਂ ਨੂੰ ਸਮਝੇ ਨਹੀਂ ਆਈ
पर 7-8 महीनों के संघर्ष के कले कले बच्चे चुल्हे चुल्हे से गल पहुँची आ कि कानून खतरनाक ने जिन्हों समझ लगती है वो इस संघर्ष की हमायत करता कि आने वाला साड़िया फसलों नस्लों की लड़ाई है जे किसान ना बचा तो साडा आने वाला कोई भी वर्ग अदारा कोई बचना नहीं उसनों खत्म करने सरकार लगी है। लोग जोड़े कहें कि बिना मतलब तो खड़ते हैं वो अपनी समझ के मुताबिक कहते हैं आने वाले समय से जो हालात एवें दे रहे तो उन्होंने भुगतना पैना इस देखो दिल्ली के भी लगातार किसानों के शहीदियां हो रही ने 400 के करीब पंजाब जिमें आह भीर शहीद होए ने जो शहीद होए ने वो सारे के पक्ष के शहीदों मुआवजे की मंग परिवारों रुजगार के संबंध के उत्थे मंगा उठ रही ने इन वीर भी शहीदों का दर्जा दिता गया किसान जथेबंदियां संयुक्त मोर्चे वालों तो इन्हों के पक्ष के किसान जथेबंदियां संयुक्त मोर्चा सारे खड़े ने इन्हों उस तरीके जिमें उत्थे दे शहीदों का मान सम्मान उस तरह इन वीर भी उस शहीदों के पा के इन्हों परिवारों के नाल खड़े तो इन्हों का बनता मान सम्मान उस तरह करांगे।